ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸੰਰੀਤੇ। ਦੋਸਤੋ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਸਿੱਧੂ ਮੂਸੇਵਾਲਾ ਨੇ ਆਪਣਾ ਗਾਣਾ ਬੇਚ ਐਮ ਬੈਕ ਰਿਲੀਜ਼ ਕੀਤਾ, ਤਾਂ ਉਸ ਤੋਂ ਅਗਲੇ ਹੀ ਦਿਨ ਕਰਨ ਔਜਲਾ ਨੇ ਆਪਣੀ ਐਲਬਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਅਪਲੋਡ ਕਰ ਦਿੱਤਾ, ਜਿਸ ਦੇ ਕੈਪਸ਼ਨ ਵਿੱਚ ਉਸਨੇ ਇੱਕ ਸਿੱਧੂ ਮੂਸੇਵਾਲੇ ਦਾ ਮਜ਼ਾਕ ਵੀ ਉਡਾਇਆ। ਉਸਨੇ ਲਿਖਿਆ ਕਿ 10 ਕਮੈਂਟਸ ਐਂਡ ਵੀ ਵਿਲ ਡਰੋਪ ਦ ਡੇਟ ਫਾਰ ਦੀ ਇੰਟਰੋ। ਜਿੱਦਾਂ ਕਿ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ ਮੈਂ 5 ਮਿਲੀਅਨ ਕਮੈਂਟ ਕਰੋ ਮੇਰੀ ਪੋਸਟ ਦੇ ਉੱਪਰ, ਫਿਰ ਮੈਂ ਇੰਟਰੋ ਅਤੇ ਰਿਲੀਜ਼ ਡੇਟ ਬਾਰੇ ਦੱਸਾਂਗਾ। ਅਤੇ ਦੋਸਤੋ, ਇਸ ਦੇ ਉੱਪਰ ਸਨੀ ਮਲਟਨ, ਜੋ ਕਿ ਸਿੱਧੂ ਮੂਸੇਵਾਲਾ ਦਾ ਪੁਰਾਣਾ ਸਾਥੀ ਹੈ ਅਤੇ ਬਰਾਊਨ ਬੋਇਜ਼ ਗਰੁੱਪ ਦਾ ਮੈਂਬਰ ਵੀ ਹੈ, ਉਸਨੇ ਇਸ ਦੇ ਉੱਪਰ ਟਿੱਪਣੀ ਕੀਤੀ ਹੈ ਅਤੇ ਸਟੇਟਸ ਪਾ ਕੇ ਲਿਖਿਆ ਹੈ ਕਿ ਕੰਪਟੀਸ਼ਨ ਇਜ਼ ਅ ਵੰਡਰਫੁਲ ਥਿੰਗ ਐਂਡ ਆਈ ਥਿੰਕ ਅਵਰ ਇੰਡਸਟਰੀ ਨੀਡਸ ਇਟ, ਬਟ ਦੇਰ ਇਜ਼ ਅ ਗਰੋਨ ਵੇ ਟੂ ਗੋ ਅਬਾਊਟ ਇਟ ਐਂਡ ਅ ਚਾਈਲਡਿਸ਼ ਵੇ ਟੂ ਗੋ ਅਬਾਊਟ ਇਟ। ਰਾਈਟ ਨਾਓ ਇਟਸ ਲੁਕਿੰਗ ਸੁਪਰ ਚਾਈਲਡਿਸ਼, ਬਟ ਹੈਕ ਹੂ ਐਮ ਆਈ ਟੂ ਸੇ। ਉਸਨੇ ਕਿਹਾ ਹੈ ਕਿ ਕੰਪਟੀਸ਼ਨ ਬਹੁਤ ਵਧੀਆ ਚੀਜ਼ ਹੈ, ਆਪਣੀ ਇੰਡਸਟਰੀ ਨੂੰ ਇਹ ਚਾਹੀਦਾ ਵੀ ਹੈ, ਬਟ ਇਹਦੇ ਕੰਪਟੀਸ਼ਨ ਵਿੱਚ ਜਾਣ ਲਈ ਇੱਕ ਤਾਂ ਮਚਿਓਰ ਵੇ ਹੁੰਦਾ ਹੈ ਅਤੇ ਇੱਕ ਚਾਈਲਡਿਸ਼ ਯਾਨੀ ਕਿ ਜਵਾਕਾਂ ਵਾਲਾ ਵੇ ਹੁੰਦਾ ਹੈ। ਅਤੇ ਹੁਣ ਮੈਨੂੰ ਇੱਦਾਂ ਲੱਗਦਾ ਕਿ ਇਹ ਸੁਪਰ ਚਾਈਲਡਿਸ਼ ਯਾਨੀ ਕਿ ਬਹੁਤ ਹੀ ਜਵਾਕਾਂ ਵਾਂਗੂ ਜਾ ਰਿਹਾ ਹੈ, ਯਾਨੀ ਕਿ ਇਸਨੇ ਕਰਨ ਔਜਲਾ ਦੇ ਉੱਪਰ ਟਿੱਪਣੀ ਕੀਤੀ ਹੈ ਕਿ ਇਹ ਕੋਈ ਵਧੀਆ ਤਰੀਕਾ ਨਹੀਂ ਹੈ ਕੰਪਟੀਸ਼ਨ ਕਰਨ ਦਾ। ਫਿਰ ਸਨੀ ਮਲਟਨ ਲਿਖਦਾ ਹੈ ਕਿ ਬਟ ਮੈਂ ਹੁੰਨਾ ਕੌਣ ਹੈ ਇਸ ਚੀਜ਼ ਬਾਰੇ ਕਹਿਣ ਲਈ। ਅਤੇ ਨਾਲ ਹੀ ਦੋਸਤੋ, ਸਨੀ ਮਲਟਨ ਨੇ ਇੱਕ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਸਨੇ ਸਿੱਧੂ ਮੂਸੇਵਾਲਾ ਦਾ ਵਾਰਨਿੰਗ ਸ਼ੋਟ ਗਾਣਾ ਉਹ ਕੀਤਾ ਹੈ ਆਪਣਾ ਸ਼ੇਅਰ, ਜਿਸ ਦੇ ਉੱਪਰ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲਾ ਨੇ ਭਰ ਭਰ ਕੇ ਕਰਨ ਔਜਲਾ ਨੂੰ ਰਿਪਲਾਈ ਕੀਤੇ ਸਨ। ਆਓ ਇੱਕ ਵਾਰੀ ਉਹਨਾਂ ਸੁਣੀਏ ਇਹਨਾਂ ਰਿਪਲਾਈਆਂ। ਤੇ ਦੋਸਤੋ, ਇਹ ਸੀ ਅੱਜ ਸਾਡੀ ਅੱਜ ਦੀ ਵੀਡੀਓ। ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਅਤੇ ਇੱਦਾਂ ਦੀ ਹੋਰ ਨਾ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।